शुरू कर अपने पिंड जाकर ओए मलका तू अपनी बदमाशी छड़नी है या नहीं या सी अपनी शराफत छड़ दे मैं बदमाशी छड़ा या ना छड़ा फिर हाल तू एक जगह छड़ अलादा हो जा तू भी ओ मलका तेरा उच्चा बोलना तेनू बड़ा महंगा पड़ेगा और रुक जाए छे मला कश्मा दे पुत्रा ने साड़ी बड़ी बेइज्जती की थी इन्नी जुरत मेरे पुत्र नु हाथ लावन मैं उन्हें टोटे टोटे कर देंगा तो मोबाइल पे कर फोन मेरे शेर पुत्र नु मंगा ना बगल कर ला सलाम हो गया पुत्र की हाल ना तोड़े वालेकुम सलाम बाबा जी ओ जल्दी आ जाओ पुत्र तोड़ी लोड पै गई है क्या बाबा जी क्यों आप घबरा रहे हैं बाबा जी हम बहुत जल्द पहुंच रहे हैं आपके पास हाँ भाई तुम कहाँ हो जल्दी जल्दी आओ मेरे पास घर जाना है ਪੰਜਾਂ ਦਰਿਆਵਾਂ ਦੇ ਪਾਣੀਆਂ ਵਾਂਗੂ ਚੁੱਕਦੇ ਤੇ ਪੰਜ ਪੁੱਤਰ ਹੋਣ ਉਹ ਜਿਹੜਾ ਉਹਦੀ ਇੱਜ਼ਤ ਨੂੰ ਕੋਈ ਲਲਕਾਰੇ ਇਹ ਕਿਵੇਂ ਹੋ ਸਕਦਾ ਤੁਹਾਡੇ ਜੋਸ਼ ਦੀ ਨਹੀਂ ਅੱਬਾ ਤੁਹਾਡੇ ਹੁਕਮ ਦੀ ਲੋੜ ਹੈ ਅਸੀਂ ਉਹਨਾਂ ਦਾ ਕੱਖ ਨਹੀਂ ਰਹਿਣ ਦੇਵਾਂਗੇ ਅੱਬਾ ਹਜ਼ੂਰ ਹਮੇ ਬਤਾ ਦੋ ਬਕੌਣ ਲੋਕ ਹੈ ਉਹ ਸ਼ਾਇਦ ਜਾਣਤੇ ਨਹੀਂ ਕਿ ਬੱਟੋ ਕੇ ਸਾਥ ਦੁਸ਼ਮਣੀ ਮੌਤ ਕੋ ਦਾਵਤ ਦੇਣਾ ਹੈ ਇਹ ਜੁਰਤ ਮਲਕ ਹਸ਼ਮਤ ਲਿਟਾ ਲੈਣੇ ਕੀਤੀ ਉਹ ਉਹਦੀਆਂ ਲਿਟਾ ਨਹੀਂ
ਮੈਨੂੰ ਉਹਦਾ ਸਿਰ ਵੀ ਚਾਹੀਦਾ। ਅਸੀਂ ਉਦੋਂ ਤੱਕ ਹੁਣ ਘਰ ਨਹੀਂ ਆਵਾਂਗੇ ਜਦੋਂ ਤੱਕ ਉਸ ਮਲਕ ਦਾ ਸਿਰ ਤੇਰੇ ਪੈਰਾਂ ਥੱਲੇ ਨਹੀਂ ਹੁੰਦਾ। ना मेरा दादा कदे किसे नु झुकया, ना ही कदे मेरा प्यू किसे नु झुकया, ते ना ही मैं कदे किसे नु झुकना है। ते तुसी शेर वाला दिल अपने दिल दे विच सीने रखना, कोई भी वार करदे ते ओनू इट दा जवाब पत्थर देना। पुत्रो अपने सीने दे विच शेर वाला दिल रखना है। ਤੁਸੀਂ ਮਲਕ ਹਸ਼ਮਤ ਦੇ ਪੁੱਤਰ ਜੇ, ਮਲਕਾਂ ਦੀ ਕੌਮ ਨੇ ਕਦੇ ਕਿਸੇ ਦੇ ਅੱਗੇ ਝੁਕਣਾ ਨਹੀਂ ਸਿੱਖਿਆ। ਬੱਟੋ ਉਹ ਤੁਹਾਨੂੰ ਮੌਤ ਕਿੱਥੇ ਘੇਰ ਕੇ ਲੈ ਆਈ ਏ? ਓਏ ਮਲਕੋ, ਨਾ ਤੇ ਅਸੀਂ ਸਵਾਲ ਕਰਨ ਆਏ ਹਾਂ ਤੇ ਨਾ ਕੋਈ ਜਵਾਬ ਪੁੱਛਣ। ਸਾਨੂੰ ਉਹ ਬੰਦਾ ਦਿਓ ਜਿਹਨੇ ਸਾਡੇ ਬੰਦਿਆਂ ਨਾਲ ਬਦਤਮੀਜ਼ੀ ਕੀਤੀ। ਓਏ ਬੱਟੋ, ਤੁਹਾਡੇ ਨਾਲ ਮੇਰਾ ਕੁੱਤਾ ਵੀ ਜ਼ਿਆਦਤੀ ਕਰਦਾ ਤੇ ਮੈਂ ਤੁਹਾਨੂੰ ਉਹ ਵੀ ਨਾ ਦਿੰਦਾ। ਇਹ ਤੇ ਫਿਰ ਬੰਦਾ, ਤੁਹਾਡੀ ਇਹ ਜੁਰਤ ਬੜੀ ਚੰਗੀ ਲੱਗੀ ਏ ਤੇ ਤੁਹਾਨੂੰ ਇਸ ਜੁਰਤ ਦਾ ਕਿਸੇ ਹੋਰ ਤਰੀਕੇ ਨਾਲ ਜਵਾਬ ਦਿੰਦਾ। चार कुत्ते देरे पे बांधने से बंदा शहर नहीं बन जाता मलक बेटों वाले। बट्टा, कुत्ते आंगू भौंकना शुरू कर दिता ही मेरे दरवाजे पे आके, दबा जा तो। ए शेर दी आवाज है, किसे कुत्ते दी आवाज नहीं। तुसी सारे ने भौंक लिया है कि तुहाड़े च कोई रह गया। ओए वीरा, गिद्दड़ नू जदों मौत आवे ओ शहर वाल दौड़दा है। ਇਹਨਾਂ ਨੂੰ ਮੌਤ ਇੱਥੇ ਚੁੱਕ ਤੇ ਲੈ ਆਂਦਾ ਹੈ ਤੇ ਚੱਲ ਆ, ਇਹਨਾਂ ਨੂੰ ਮੌਤ ਦਾ ਮਜ਼ਾ ਚਖਾਈਏ। ਮੌਤ ਦਾ ਫੈਸਲਾ ਅਸੀਂ ਇੱਥੇ ਕਰਨ ਆਏ ਹਾਂ। ਇਹ ਤੁਹਾਡੇ ਵਸ ਦਾ ਰੋਗ ਨਹੀਂ ਕਾਕਾ, ਤੁਹਾਡਾ ਸ਼ਿਕਾਰ ਨਹੀਂ, ਇਹ ਮੇਰਾ ਮੇਰਾ। ਯਤਨ ਜੀ, ਜੇ ਤੂੰ ਜ਼ਿੰਦਗੀ ਚਾਹੁੰਦਾ ਹੈ ਤੇ ਸਾਡੇ ਪਿਓ ਕੋਲ ਤੈਨੂੰ ਮਾਫੀ ਮੰਗਣੀ ਪੈਣੀ। ਮਲਕਾ ਨੇ ਤਾਂ ਜ਼ਿੰਦਗੀ ਵਿੱਚ ਕਦੇ ਕਿਸੇ ਤੋਂ ਮਾਫੀ ਨਹੀਂ ਮੰਗੀ, ਪਰ ਸਾਨੂੰ ਮੌਤ ਮਨਜ਼ੂਰ ਹੈ ਓਏ। ਅਸੀਂ ਖਾਨਦਾਨੀ ਬਦਮਾਸ਼ ਆ। ਓਏ ਮਲਕਾ, ਤੇਰੀ ਇਸ ਬਦਮਾਸ਼ੀ ਦਾ ਫੈਸਲਾ ਸਾਡਾ ਪਿਓ ਕਰੇਗਾ। ਤੁਮ ਹਮਸੇ ਬੜੇ ਹੋ ਇਸਲਈ ਹਮ ਤੁਮ ਪੇ ਹਾਥ ਨਹੀਂ ਉਠਾ ਰਹੇ, ਲੇਕਿਨ ਤੁਹਾਡੀ ਜ਼ਿੰਦਗੀ ਔਰ ਮੌਤ ਦਾ ਫੈਸਲਾ ਹਮਾਰਾ ਬਾਪ ਕਰੇਗਾ। ਮੌਤ ਦੇ ਫੈਸਲੇ ਅੱਲਾਹ ਤਾਲਾ ਉੱਪਰ ਬੈਠ ਕੇ ਕਰਦਾ, ਤੇਰਾ ਬਾਪ ਕੌਣ ਹੁੰਦਾ ਮੇਰੀ ਮੌਤ ਦਾ ਫੈਸਲਾ ਕਰਨ ਵਾਲਾ? ਚੱਲ ਮਲਕ ਅੱਗੇ ਲਾ ਕੇ। ਤੂੰ ਮਲਕ ਦਾ ਸਿਰ ਕਿਹਾ ਸੀ, ਅਸੀਂ ਪੂਰੇ ਮਲਕ ਨੂੰ ਚੁੱਕ ਕੇ ਲੈ ਕੇ ਆਦੇ ਤੇ ਇਹਨਾਂ ਦੇ ਖਾਨਦਾਨ ਦਾ ਇੱਕ ਜੀਵ ਨਹੀਂ ਛੱਡਿਆ। ਬਾਬਾ ਹਜ਼ੂਰ, ਇਮਾਮ ਅਲੀ ਪਾਕ ਦਾ ਫਰਮਾਨ ਹੈ, ਬਦਲਾ ਲੈਣ ਵਾਲੇ ਸੇ ਮਾਫ਼ ਕਰ ਦੇਣ ਵਾਲਾ ਬਿਹਤਰ ਹੁੰਦਾ ਹੈ। ਅੱਬਾ ਹਜ਼ੂਰ, ਆਪ ਬਦਲਾ ਲੈਣਾ ਹੈ ਜਾਂ ਮਾਫ਼ ਕਰਨਾ ਹੈ, ਇਹ ਤੁਹਾਰਾ ਪਿਆਰ ਹੈ ਬਾਬਾ ਹਜ਼ੂਰ। ਅੱਬਾ ਜੀ, ਅੱਲਾ ਇਹਨੂੰ ਮਾਫ਼ ਕਰ ਜਾਂ ਮਾਰ, ਤੇਰੇ ਅਖਤਿਆਰ ਹੈ।
ओ मौला अल ने फरमाया असा मन लिया असा तेन माफ की। बटा मौला अली दा फरमान सिर मथे तेरी बख्शी हुई जिंदगी मैनू सत वारी भी मिले ते मैं कदे ना लवां। मैं उसे मौला अली सरकार दी पाक जात दे कोल चलिया। मलका बुरे काम दा बुरा नतीजा हुंदा है।